अभी सुन रहे हो चावला न्यूज नेटवर्क टोरंटो CNN टोरंटो। स्वागत है जी एनु, सत श्री अकाल। ਸਤਿਕਾਰ ਚਾਵਲਾ ਸਾਹਿਬ, ਸਤਿਕਾਰ ਸਾਰੇ ਦਰਸ਼ਕਾਂ, ਸਾਰੇ ਸੋਚਣ ਜੀ ਜੀ ਕੀ ਹਾਲ। ਇਹ ਲਫ਼ਜ਼ ਜਿਹੜਾ ਨਾ ਦੇਖੋ ਕਿੰਨਾ ਪਿਆਰਾ ਲਫ਼ਜ਼ ਹੈਗਾ। ਕਈ ਲਫ਼ਜ਼ ਨਾ ਅਸੀਂ ਵਿਗਾੜ ਦਿੱਤੇ ਆ ਅੰਗਰੇਜ਼ ਜਿਹੜੀ, ਮਤਲਬ ਕਿ ਮੀਡੀਆ ਜਿਹੜੇ ਪਾਸੇ ਨੂੰ ਤੁਰਦਾ ਉਹ ਫਿਰ ਸਾਰਾ ਸਿਸਟਮ ਖਰਾਬ ਕਰ ਦਿੰਦਾ ਨਾ ਜੀ। ਮੀਡੀਆ ਜਿਹੜਾ ਹੈਗਾ ਨਾ ਜੀ, ਹੁਣ ਦੇਖੋ ਅੱਜ ਦਾ ਮੀਡੀਆ ਜਿਹਦਾ ਏਦਾਂ ਹੀ ਕਰੀ ਜਾਂਦਾ, ਮਤਲਬ ਕਿ ਝੂਠ ਫਰੇ ਦਿਖਾਈ ਜਾਂਦਾ ਬੰਦੇ ਉੱਤੇ। ਆਮ ਆਮ ਲੋਕਾਂ ਦਾ ਜੋ ਨਜ਼ਰ ਆ ਰਿਹਾ ਸਾਡੇ ਕਾਨਸ ਤੇ ਪਿਆ ਹੈਗਾ, ਜੋ ਟੀਵੀ ਚੈਨਲ ਲੱਗਿਆ ਹੋਇਆ ਦੀਵਾਰ ਦੇ ਉੱਪਰ, ਉਹ ਜੋ ਕੁਝ ਦਿਖਾਇਆ ਜਾ ਰਿਹਾ ਸਾਨੂੰ ਅਸੀਂ ਉਹੀ ਦੇਖ ਰਹੇ ਹਾਂ। ਬਿਲਕੁਲ, ਜੋ ਕੁਝ ਵਾਪਰ ਰਿਹਾ ਘਟਨਾਵਾਂ ਅਸੀਂ ਉਹਨਾਂ ਤੋਂ ਬੇਖਬਰ ਹੈਗੀ ਆ, ਸਾਨੂੰ ਦਿਖਾਇਆ ਨਹੀਂ ਜਾ ਰਿਹਾ। ਸੋ ਇਹ ਬੜੀ ਵੱਡੀ ਕਰਪਸ਼ਨ ਹੈਗੀ ਆ, ਕ੍ਰਾਈਮ ਹੈਗਾ ਅਸਲ 'ਚ ਮੀਡੀਆ ਦੇ ਵਿੱਚ। ਦੇਖੋ ਕੰਜਰੀਆਂ ਦਾ ਸ਼ਬਦ, ਮੈਂ ਵੀ ਰਿਸਰਚ ਕੀਤੀ ਸੀ 44 ਨਾਲ, ਸਾਡਾ ਇੱਕ ਧਰਮਪੁਰੇ ਬਾਜ਼ਾਰ ਆ ਚੱਲਦਾ ਸਰ। ਧਰਮਪੁਰਾ ਬਾਜ਼ਾਰ ਦਾ ਨਾਂ ਧਰਮਪੁਰਾ ਤਾਂ ਰੱਖਿਆ ਸੀਗਾ ਕਿ ਉੱਥੇ ਨਾ ਇਹ ਕੰਜਰੀਆਂ ਨੱਚਿਆ ਕਰਦੀਆਂ ਸੀਗੀਆਂ, ਉੱਥੇ ਬੜੇ ਵੱਡੇ ਵੱਡੇ ਲੋਕ ਆਇਆ ਕਰਦੇ ਸੀਗੇ, ਰਾਜੇ ਮਹਾਰਾਜਿਆਂ ਦੇ ਲੋਕ ਬੜੇ ਵੱਡੇ ਵੱਡੇ ਆਇਆ ਕਰਦੇ ਸੀਗੇ। ਤੇ ਉੱਥੇ ਮਤਲਬ ਕਿ ਨਾ, ਹੁਣ ਜੇ ਆਖੀਏ ਆਪਾਂ ਕਿ ਇੱਕ ਵਾਰੀ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਬਣਨ ਤੋਂ ਬਾਅਦ ਇੱਕ ਕੰਜਰੀ ਸੀਗੀ ਤੇ ਉਹ ਉੱਧਰ ਚਲੀ ਗਈ, ਪਰ ਇੱਥੇ ਸਮਾਨ ਕਾਫੀ ਰਹਿ ਗਿਆ ਉਹਦਾ। ਜਦੋਂ ਇੱਥੇ ਉਹ ਸਮਾਨ ਲੈਣ ਵਾਸਤੇ ਆਈ ਚਾਵਲਾ ਸਾਹਿਬ, ਤਾਂ ਉਸ ਟਾਈਮ ਸਰਕਾਰ ਫੜ ਚੁੱਕੀ ਸੀ, ਉਹਦੇ ਵੱਲ, ਉਹ ਕੰਜਰੀ ਵੱਲ, ਪਾਕਿਸਤਾਨੀ ਸਰਕਾਰ ਤੇ ਭਾਰਤ ਸਰਕਾਰ, ਉਹ ਇੰਨੀ ਇੱਜ਼ਤਦਾਰ ਤੇ ਸਰਕਾਰ ਜੋ ਕੰਜਰੀ ਸੀਗੀ, ਉਹ ਝੁਕੀ, ਸਾਰਾ ਸਮਾਨ ਸਰਕਾਰ ਫੈਸਲ ਨੂੰ ਛਡਾ ਕੇ ਪਾਕਿਸਤਾਨ ਤੱਕ ਪਹੁੰਚਾਇਆ ਉਹਦਾ ਸਮਾਨ। ਤੇ ਉਹ ਉਹ ਵੈਸੇ ਲੋਕਾਂ ਨੇ ਕਹਿੰਦੇ ਵੀ ਕੰਜਰੀ ਬਾਜ਼ਾਰ ਹੈਗਾ, ਕੰਜਰੀ ਬਾਜ਼ਾਰ ਨੂੰ ਫਿਰ ਜਦੋਂ 47 ਤੋਂ ਬਾਅਦ ਧਰਮਪੁਰਾ ਬਾਜ਼ਾਰ ਰੱਖਿਆ ਗਿਆ ਉਹਦਾ ਨਾਂ, ਵੀ ਲੋਕ ਐਂ ਕੰਜਰੀ ਬਾਜ਼ਾਰ ਨੂੰ, ਬਲਕਿ ਲੋਕਾਂ ਦੇ ਮਨਾਂ 'ਚ ਜੋ ਗੱਲ ਪਾਤੀ ਜਾਂਦੀ ਆ ਉਹ ਪਾਤੀ ਜਾਂਦੀ ਹੈ। ਚਲੋ ਸਰ, ਏਦਾਂ ਹੁੰਦਾ ਹੈ, ਬੜਾ ਵਧੀਆ। 1857 ਦੇ ਗਦਰ ਲੈ ਜੀ, ਮੈਂ ਵੈਸੇ ਕੱਲ ਪੜ੍ਹ ਲਿਆ ਸੀ ਇਹ BBC ਤੋਂ, ਪਰ ਤੁਸੀਂ ਮਤਲਬ ਕਿ ਬੜਾ ਵਧੀਆ ਇਹ ਸੁਣਾਇਆ, ਤਾਂ ਕਿ ਸਾਡੇ ਦਰਸ਼ਕ ਜਿਹੜੇ ਸਰੋਤੇ ਹੈਗੇ ਆ ਉਹ ਇਹੋ ਜਿਹੇ ਆਰਟੀਕਲ ਸਾਡੇ ਆਉਣੇ ਚਾਹੀਦੇ, ਲੋਕਾਂ ਨੂੰ ਇਤਿਹਾਸਕ ਆਰਟੀਕਲ ਹੁੰਦੇ ਚਾਹੀਦਾ ਸਰ। ਸਾਡੇ ਵਰਗੇ ਮੰਚੀ ਦਿਖਾਉਣਗੇ ਤਾਂ ਹੋਰ ਤਾਂ ਪੈਸੇ ਨੰਬਰ ਪਏ ਨੇ, ਆਰਟੀਕਲ ਐਡਾ ਨੰਬਰ ਪਏ ਨੇ। ਹੁਣ ਅੱਧਾ ਘੰਟਾ ਸੀ, ਅੱਧੇ ਘੰਟੇ ਤੋਂ ਵਿੱਚ ਸਮਾਂ ਲੱਗਾ ਹੈ, ਤੇ ਆਪਾਂ ਕਈ ਸਾਡੇ ਦਰਸ਼ਕ ਸਰੋਤੇ ਜਿਹੜੇ ਯੂਟਿਊਬ ਫੇਸਬੁੱਕ ਤੇ ਸਾਨੂੰ ਦੇਖ ਰਹੇ ਨੇ ਜਾਂ ਸੁਣਦੇ ਹੋਣਗੇ, ਸ਼ਾਇਦ ਉਹਨਾਂ ਨੂੰ ਇੰਝ ਲੱਗੇਗਾ ਕਿ ਇਹ ਯੂਟਿਊਬ ਫੇਸਬੁੱਕ ਤੇ ਹੀ ਹੈ। ਨਹੀਂ, ਇਸ ਹਾਫ ਐਨ ਆਵਰ ਸ਼ੋਅ ਦੀ ਸਾਨੂੰ ਸਾਰੇ ਖਰਚੇ ਪਾ ਕੇ $500 ਖਰਚਾ ਪੈਂਦਾ, ਜੇ ਖਰਚਾ ਮੈਂ ਆਪਣੀ ਦਿਹਾੜੀ ਪਾਉਣੀ ਹੋਵੇ ਉੱਤੇ, ਅਸੀਂ ਵੀ ਦਿਹਾੜੀਦਾਰ ਹੀ ਹਾਂ। ਮੇਰੇ ਨਾਲ ਕੀਦਾ ਸਾਹਿਬ ਨੇ, ਅਮਨ ਜੀ ਖਬਰਾਂ ਨੇ, ਪੜ੍ਹਦੇ ਅੰਜੂ ਜੀ, ਉਹ ਸਾਹਮਣੇ ਮੁੰਡਾ ਟੈਲੀਵਿਜ਼ਨ 'ਤੇ 100 ਵਰਗਾ ਹੀ ਇਕੱਲਾ ਹੈ, ਬਾਕੀ ਮੁੜ ਕੇ ਜੇਬ ਪਲ ਹੈ ਕਰਨ ਤੋਂ ਨਾ ਟੈਲੀਵਿਜ਼ਨ ਦੇ ਨਾਲ ਬਕਾਇਦਾ, ਇਹ ਨਹੀਂ ਕਿ IPTV ਬਾਕਸ 'ਤੇ ਬਹਿ ਕੇ ਕੈਮਰਾ ਲੱਗਾ ਅਤੇ ਇਕੱਲਾ ਹੀ ਹਾਂ ਮੈਂ। ਮੈਂ ਇਸ ਨੂੰ ਇਸ ਕਰਕੇ ਇਹ ਦੱਸਣਾ ਚਾਹੁੰਦਾ ਕਿ ਬਿਹਾਈਂਡ ਦੀ ਟੀਮ ਜਿਹੜੇ ਸਾਰੇ ਖਰਚੇ ਪਾ ਕੇ, ਹਾਫ ਐਨ ਆਵਰ ਦਾ ਖਰਚਾ ਪੈਂਦਾ, ਪਲੱਸ 25 ਸਾਲ 'ਤੇ ਉਸ ਮੰਚ ਨੂੰ ਇਸ ਤੱਕ ਲੈ ਕੇ ਆਉਣਾ, ਪਾਪੂਲਰ ਕਰਨਾ, ਦੈਟਸ ਅ ਡਿਫਰੈਂਟ ਸਟੋਰੀ, ਦੈਟਸ ਵਰਕ, ਉਹ ਵੀ ਵਰਕ ਹੈ। ਤੁਸੀਂ ਸੁਣਦੇ ਹੋ ਆਰਟੀਕਲ, ਸੋ ਯੂਟਿਊਬ ਫੇਸਬੁੱਕ 'ਤੇ ਤਾਂ ਮਤਲਬ ਇਹ ਮਹਿਸੂਸ ਕਰਦੇ ਕਿ ਬੈਠੇ ਹੋ ਜੀ ਕੋਈ ਗੱਲ ਨਹੀਂ, ਪੜ੍ਹ ਦਿੱਤਾ, ਪਰ ਨਹੀਂ, ਬਿਹਾਈਂਡ ਦਾ ਸੀਨ ਬਹੁਤ ਵਰਕ ਕਰਨਾ ਪੈਂਦਾ, ਪਹਿਲਾਂ ਪੜ੍ਹਨਾ ਪੈਂਦਾ, ਫਿਰ ਵੀ ਕੋਈ ਲਫ਼ਜ਼ ਵੱਧ ਘੱਟ ਬੋਲਿਆ ਗਿਆ ਹੋਵੇ, ਇਸ ਲਈ ਖਿਮਾ ਦੇ ਜਾ ਚੈੱਕ। ਚਲੋ, ਤੁਸੀਂ ਪੜ੍ਹ ਲਿਆ, ਤੁਸੀਂ ਸੁਣਿਆ, ਚੰਗਾ ਲੱਗਾ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਫੰਡਾਂ 'ਤੇ ਕੱਟ, ਆ ਵਿਧਾਨ ਸਭਾ 'ਤੇ ਸਾਰੀ ਕੇਸਰੀ ਰੰਗ 'ਚ ਰੰਗੀ ਹੁੰਦੀ ਹੈ, ਭਗਤ ਸਿੰਘ ਦੀ ਦਸਤਾਰ ਵਾਲਾ ਰੰਗ 'ਚ, ਹੈਂ ਕੀ ਕਹਿਣਾ ਚਾਹੋਗੇ? ਚਲ ਸਰ, ਅਸਲ ਨਾ ਸ਼ਹੀਦੀ ਅਨੁਸਾਰ ਭਗਤ ਸਿੰਘ ਦਾ ਨਾਮ ਬੜਾ ਪ੍ਰਚਾਰਿਆ ਜਾ ਰਿਹਾ ਤੇ ਪ੍ਰਚਾਰ ਨਾ ਇਹ ਬਣਦਾ, ਆਪੋ ਆਪਣੀ ਕੁਰਬਾਨੀ ਹੁੰਦੀ ਆ ਤੇ ਰਾਜਗੁਰੂ ਸੁਖਦੇਵ ਵੀ ਨਾਲ ਹੀ ਫਾਂਸ ਚੜੇ ਸੀਗੇ, ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਵੈਸੇ ਅੱਜ ਤਾਂ ਜਨਮ ਦਿਨ ਹੈਗਾ ਸਾਰੇ ਵਿਸ਼ਵ 'ਚ, ਨਾਰੇ ਨੇ ਭਗਤ ਸਿੰਘ, ਅੱਜ ਤਾਂ ਭਗਤ ਸਿੰਘ ਕੱਲਰ ਜਨਮ ਦਿਨ ਹੈ ਉਹਨਾਂ ਦੇ ਮਨਾਇਆ ਜਾ ਰਿਹਾ। ਭਗਤ ਸਿੰਘ ਦੇ ਜਨਮ ਦਿਨ ਉੱਤੇ ਗੱਲ ਕਰਨੀ ਬਣਦੀ ਹੈ ਕਿ ਪੰਜਾਬ ਸਰਕਾਰ ਭਗਤ ਸਿੰਘ ਦੇ ਜਨਮ ਦਿਨ ਉੱਤੇ ਕੀ ਭਗਤ ਸਿੰਘ ਬਾਰੇ ਸੀਰੀਅਸਲੀ ਕੰਮ ਕਰ ਰਹੀ ਹੈ। ਤੇ ਭਗਤ ਸਿੰਘ ਦੇ ਬਹੁਤ ਸਾਰੇ ਬੁੱਤ ਹੈਗੇ ਨੇ ਜਿਹੜੇ ਕਿ ਬੜੀ ਮਾੜੀ ਹਾਲਤ ਵਿੱਚ ਹੈਗੇ ਨੇ, ਪਟਿਆਲੇ ਦਾ ਬੁੱਤ ਵੀ ਬੜਾ ਮਾੜੀ ਹਾਲਤ ਵਿੱਚ ਹੈ, ਉੱਥੇ ਉਹਨਾਂ ਨੂੰ ਜਦੋਂ ਖਬਰਾਂ ਲੱਗੀਆਂ, ਮੀਡੀਆ ਵਿੱਚ ਆਈਆਂ ਖਬਰਾਂ ਤੇ ਉਹਨਾਂ ਨੂੰ ਜਾਣਾ ਪਿਆ ਉੱਥੇ, ਮੰਤਰੀਆਂ ਨੂੰ ਜਿਹੜਾ MLA ਨੂੰ ਬੁੱਤ ਦੇਖਣ ਵਾਸਤੇ, ਤੇ ਉੱਥੇ ਐਲਾਨ ਕਰਨਾ ਪਿਆ ਵੀ ਅਸੀਂ ਬੁੱਤ ਨੂੰ 28 ਤੋਂ ਬਾਅਦ ਠੀਕ ਕਰ ਦਿਆਂਗੇ, ਮਤਲਬ ਕਿ ਵੀ ਪੰਜਾਬ ਦੇ ਵਿੱਚ ਬੁੱਤਾਂ ਦਾ ਵਿਆਹ। ਹੁਣ ਪੰਜਾਬ ਦੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਹੈਗੀ ਆ ਫਿਰੋਜ਼ਪੁਰ ਦੇ ਵਿੱਚ, ਉੱਥੇ 15 ਕਰੋੜ ਰੁਪਇਆ ਦਿੱਤੇ ਸੀ ਫੰਡ ਚੰਨੀ ਸਰਕਾਰ ਨੇ। ਜਦੋਂ ਮਾਨ ਸਰਕਾਰ ਆਈ, ਮਾਨ ਸਰਕਾਰ ਨੇ ਕਹਿਤਾ ਵੀ 30 ਕਰੋੜ ਦਵਾਂਗੇ ਤੁਹਾਨੂੰ ਫੰਡ, ਤੇ ਮਾਨ ਸਰਕਾਰ ਨੇ 30 ਕਰੋੜ ਦੇਣ ਦਾ ਐਲਾਨ ਕਰ ਦਿੱਤਾ। ਹੋਇਆ ਕੀ ਕਿ ਉੱਥੋਂ ਹੁਣ ਪਿੱਛੇ ਜੇ ਮਾਨ ਸਰਕਾਰ ਨੇ ਫੈਸਲਾ ਕੀਤਾ, ਲੈਟਰ ਭੇਜਤਾ ਕਿ ਤੁਹਾਨੂੰ ਅਸੀਂ 15 ਕਰੋੜ ਹੀ ਦੇਵਾਂਗੇ 30 ਕਰੋੜ ਫੰਡਾਂ ਤੇ, ਅੱਧੋ ਅੱਧ ਹੀ ਕੱਟ, ਜੋ ਕਾਂਗਰਸ ਸਰਕਾਰ ਨੇ ਐਲਾਨ ਕੀਤਾ ਸੀ ਉੱਥੇ ਹੀ ਰਹਿਣ ਤਾਂ
ਆਪਣੇ ਵੱਲੋਂ ਦੇਣਾ ਉਹਨਾਂ ਨੇ ਮੁਲਾਜ਼ਮ ਨਾ ਸਮਝਿਆ ਤੇ 15 ਕਰੋੜ ਹੀ ਉੱਥੇ ਦੇ ਦਿੱਤਾ। ਪਰ ਸ਼ਹੀਦ ਭਗਤ ਸਿੰਘ ਦੀ ਯੂਨੀਵਰਸਿਟੀ ਮੇਰੇ ਖਿਆਲ 2011 ਵਿੱਚ ਸ਼ੁਰੂ ਹੋਈ ਸੀ ਬਣਨੀ, ਤੇ ਵੈਸੇ ਤਾਂ ਖੇਡ ਯੂਨੀਵਰਸਿਟੀਆਂ ਬਣੀਆਂ ਨੇ ਭਗਤ ਸਿੰਘ ਨਾਂ ਦੇ ਉੱਪਰ, ਪਰ ਚੱਲੀਆਂ ਨੇਗੀਆਂ ਭਗਤ ਸਿੰਘ ਦੇ ਨਾਂ ਤੇ। ਕਈ ਸਟੇਟ ਰਾਜਾਂ ਦੇ ਕਈ ਆਪਣਾ ਯੂਨੀਵਰਸਿਟੀਆਂ ਵਿੱਚ ਚਿਹਰਾ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ, ਪਰ ਉਹ ਚਿਹਰਾ ਦੀ ਨਹੀਂ ਹੈਗੀਆਂ ਸਾਬਤ ਹੋਈਆਂ ਵੀ ਆ, ਪਰ ਉਹਨਾਂ ਚਿਹਰਾ ਦੇ ਉੱਤੇ ਕੰਮ ਨੀ ਹੋਇਆ ਭਗਤ ਸਿੰਘ ਨਾਂ ਦੇ ਉੱਤੇ। ਭਗਤ ਸਿੰਘ ਨੂੰ ਇੱਕ ਕਾਮਰੇਡੀ ਲਹਿਰ ਦਾ ਨੁਮਾਇੰਦਾ ਬਣਾ ਕੇ ਪੇਸ਼ ਕੀਤਾ ਗਿਆ। ਮੈਂ ਨਾਸਤਕ ਕਿਉਂ, ਮੈਂ ਨਾਸਤਕ ਹਾਂ, ਇਹੋ ਜਿਹੀਆਂ ਕਿਤਾਬਾਂ ਨੇ ਪੈਫਲੇਟ ਬਣਾ ਕੇ ਵੰਡੇ ਗਏ, ਤੇ ਭਗਤ ਸਿੰਘ ਦੀ ਨੂੰ ਨਾਸਤਕ ਦਾ ਤੌਰ ਤੇ ਹੀ ਪ੍ਰਚਾਰਿਆ ਗਿਆ ਤੇ ਭਗਤ ਸਿੰਘ ਦਾ ਮੂਲ ਰੂਪ ਨਹੀਂ ਦੱਸਿਆ, ਲੋਕਾਂ ਨੂੰ ਦੱਸਿਆ ਨਹੀਂ ਗਿਆ, ਜਾਂ ਮੀਡੀਆ ਦੱਸਣਾ ਚਾਹੁੰਦਾ ਸੀਗਾ ਵੀ ਉਹ ਬੰਦਾ ਤਾਂ ਬੜਾ ਬੜਾ ਪਿਆਰਾ ਸਿੱਖ ਸੀਗਾ, ਬੜਾ ਪਿਆਰਾ ਉਹ ਸਿੱਖੀ ਦੀਆਂ ਗੱਲਾਂ ਕਰਦਾ ਸੀਗਾ, ਉਹ ਦਮੀ ਸਾਰਾ ਪਾਠ ਵੀ ਕਰਦਾ ਸੀਗਾ ਆਖਰ ਸਮੇਂ ਵਿੱਚ, ਉਹਦੇ ਵਿੱਚ ਇਹ ਵੀ ਗੱਲ ਸੀ, ਉਹ ਨੀ ਪ੍ਰਚਾਰਿਆ ਗਿਆ। ਚਲੋ ਹੁਣ ਇਹਨਾਂ ਨੇ ਫੋਟੋ ਲਾਈਆਂ ਨੇ ਸ਼ਹੀਦ ਅਨੁਸਾਰ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੀਆਂ ਆਪਣੇ ਦਫ਼ਤਰਾਂ ਦੇ ਵਿੱਚ, ਅੱਛੀ ਗੱਲ ਹੈ ਇੱਕ ਸ਼ਹੀਦ ਨੂੰ ਪ੍ਰਚਾਰਨਾ, ਪਰ ਸਾਰੇ ਸ਼ਹੀਦਾਂ ਦਾ ਮਾਣ ਸਤਿਕਾਰ ਹੋਣਾ ਚਾਹੀਦਾ। ਜਿਹੜਾ ਸ਼ਹੀਦ 30 ਕਰੋੜ ਦਾ ਅਨਾਉਂਸਮੈਂਟ ਕੀਤੀ ਸੀ, 15 ਕਰੋੜ ਤੇ ਚੰਨੀ ਸਰਕਾਰ ਨੇ ਕਰ ਦਿੱਤੀ, ਜਿਹਨਾਂ ਤੇ ਰੱਜ ਕੇ ਇਹਨਾਂ ਨੇ ਤਵਾ ਵੀ ਲਾਇਆ ਕਿ ਚੰਨੀ ਕਿੱਥੇ ਚਲ ਗਿਆ, ਤੇ ਪਾਕਿਸਤਾਨ ਦੇ ਲੀਡਰ ਜਾਂਦੇ ਸੀ, ਚੰਨੀ ਵੀ ਚਲ ਗਿਆ, ਚੰਨੀ ਨੇ ਕਹਿ ਤਾ ਕਿ 24 ਘੰਟੇ ਮੇਰਾ ਫੋਨ ਓਪਨ ਹੁੰਦਾ, ਚਲੋ ਬਟ ਇਹਨਾਂ ਦੀ ਟਸਲਬਾਜ਼ੀ ਹੈ। ਹੁਣ 15 ਕਰੋੜ ਤੇ ਚੰਨੀ ਵਾਲਾ ਤੇ ਸਰਕਾਰ ਨੇ ਮੰਨ ਲਿਆ, ਉਹ ਤੇ ਚੰਨੀ ਸਰਕਾਰ ਨੇ ਦਿੱਤਾ ਸੀ, ਪਰ 30 ਕਰੋੜ ਇਹਨਾਂ ਨੇ ਜਿਹੜਾ ਅਨਾਉਂਸਮੈਂਟ ਕੀਤਾ ਸੀ ਉਹ ਤੇ ਘੱਟ ਹੀ ਪੂਰਾ ਮਾਰ ਦਿੱਤਾ। ਇਹਦਾ ਮਤਲਬ ਭਗਤ ਸਿੰਘ ਦੀ ਉਸ ਯੂਨੀਵਰਸਿਟੀ ਤੇ ਭਗਤ ਸਿੰਘ ਦੇ ਨਾਂ ਦੇ ਉੱਤੇ ਦਸਤਾਰ ਸਜਾ ਕੇ ਪੰਜਾਬ ਦਾ CM ਭਗਵੰਤ ਮਾਨ ਲੋਕਾਂ ਨੂੰ ਲੋਲੀਪੋਪ ਦੇ ਰਿਹਾ। ਆਪਾਂ ਉਹ ਭਗਵੰਤ ਮਾਨ ਨੂੰ ਚਾਹੀਦਾ ਤਾਂ ਇਹ ਸੀਗਾ ਨਾ ਜੋ ਕਰੇ ਤੇ ਕਰਨੀ ਤੇ ਕਥਨੀ ਉੱਚ ਕੋਈ ਫਰਕ ਨਾ ਹੋਵੇ ਉਹਦਾ, ਉਹ ਜੋ ਕਹੇ ਤਾਂ ਕਰਨਾ ਚਾਹੀਦਾ ਉਹਨੂੰ, ਭਗਵੰਤ ਮਾਨ ਦੇ ਉੱਪਰ ਆਸਾਂ ਹੈਗੀਆਂ ਨੇ। ਪਰ ਏਦਾਂ ਨਾ ਜਿਵੇਂ ਨਾ ਉਹਦੇ ਦੀ ਮਾਨਸਿਕਤਾ ਤੇ ਕੋਈ ਬੰਦਾ ਬਹਿ ਕੇ ਰਾਜ ਕਰ ਰਿਹਾ, ਏਦਾਂ ਲੱਗਦਾ ਕਰ ਰਿਹਾ ਨੀ ਕਰ ਰਿਹਾ, ਇਹ ਨੀ ਮੈਂ ਕੋਈ ਆਪਣੇ ਕੋਲ ਸਬੂਤ ਥੋੜੇ ਨੇ, ਆਪਾਂ ਇਸ ਗੱਲ ਇੱਕ ਥਿੰਕਿੰਗ ਹੈਗੀ ਹੈ ਮੇਰੀ ਵੀ ਜਿੱਦਾਂ ਲੱਗਦਾ ਭਗਵੰਤ ਮਾਨ ਨੂੰ ਨਾ ਕੋਈ ਬੈਠਾ ਹੈ ਕੋਈ ਉਹਦੇ ਉੱਪਰ, ਤੇ ਜਿੱਦਾਂ ਨਾ ਅੰਕੁਰ ਹੁੰਦਾ, ਹਾਥੀ ਬੜਾ ਵੱਡਾ ਹੁੰਦਾ, ਹਾਥੀ ਦੇ ਉੱਪਰ ਮਹਾਵਤ ਬੈਠਾ ਹੁੰਦਾ, ਉਹਦੇ ਕੋਈ ਅੰਕੁਰ ਹੁੰਦਾ, ਉਹ ਇੱਕ ਕੁੰਡੀ ਜੀ ਹੁੰਦੀ ਆ, ਉਹ ਨਿੱਕੀ ਜਿਹੀ ਕੁੰਡੀ ਲਾਏ ਖਾਨ ਨੂੰ ਹਾਥੀ ਜਿੱਦੋਂ ਮਰਜ਼ੀ ਬੋਲ ਲੈਂਦਾ, ਓਦਾਂ ਤਾਂ ਲੱਗਦਾ ਮੈਨੂੰ ਕੋਈ ਉਹਦੀ ਉਹਦੇ ਮਾਇੰਡ ਦੇ ਉੱਪਰ ਕੋਈ ਰਾਜ ਕਰ ਰਿਹਾ, ਉਹਦੇ ਮਾਨਸਿਕ ਨਾਲ ਕੋਈ ਖੇਡ ਰਿਹਾ ਕੇਜਰੀਵਾਲ ਸਾਹਿਬ ਦਾ। ਕੇਜਰੀਵਾਲ ਸਾਹਿਬ ਕਹਿੰਦੇ ਕਿ ਮੈਂ ਤੇ ਭਗਵੰਤ ਮਾਨ ਜਾ ਰਿਹਾ, ਸੂਬੇ ਦਾ ਮੁੱਖ ਮੰਤਰੀ ਹੈ, ਪੰਜਾਬੀ ਦੇ ਵਿੱਚ ਪੋਸਟਰ ਲੱਗ ਰਿਹਾ ਤੇ ਪਿਛਲੇ ਪਾਸੇ ਮੁੱਖ ਮੰਤਰੀ ਦੀ ਫੋਟੋ, ਕੇਜਰੀਵਾਲ ਅੱਗੇ, ਠੀਕ ਹੈ ਉਹਨਾਂ ਦਾ ਕੇਂਦਰੀ ਮੰਤਰੀ ਹੈ, ਉਹਨਾਂ ਦਾ ਲੀਡਰ ਹੈ ਵੱਡਾ, ਪਰ ਉਹ ਬਿਆਨ ਭਗਵੰਤ ਮਾਨ ਵੱਲੋਂ ਆਪਣਾ ਛਪਣਾ ਚਾਹੀਦਾ ਸੀ, ਕਿਉਂਕਿ ਕੇਜਰੀਵਾਲ ਕਹਿ ਰਹੇ ਨੇ ਕਿ ਅਸੀਂ ਮੈਂ ਤੇ ਭਗਵੰਤ ਮਾਨ ਜਾ ਰਹੇ ਹਾਂ ਕਿਸੇ ਸੂਬੇ ਦੇ ਵਿੱਚ, ਮਤਲਬ ਉਹ ਸਿੱਧੇ ਲਫ਼ਜ਼ਾਂ 'ਚ ਉਹਨਾਂ ਨੂੰ ਹੁਕਮ ਆ ਵੀ ਆਪਾਂ ਚੱਲਣਾ ਹੈ, ਜੇ ਆਪਾਂ ਇਹਨੂੰ ਕ੍ਰਿਟੀਸਾਈਜ਼ ਇਸ ਤਰੀਕੇ ਨਾਲ ਕਰਨਾ ਹੋਵੇ। ਮਤਲਬ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਇਸ਼ਾਰਾ ਹੀ ਕਾਫੀ ਹੈ। ਪਾਪੂਲਰ ਫਰੰਟ ਆਫ ਇੰਡੀਆ 'ਤੇ ਕੇਂਦਰ ਸਰਕਾਰ ਲਗਾ ਸਕਦੀ ਹੈ ਬੈਨ, ਲਗਾਤਾਰ ਹੋ ਰਹੀਆਂ ਨੇ ਗ੍ਰਿਫਤਾਰੀਆਂ, ਕੀ ਕਹਿਣਾ ਚਾਹੋ? 170 ਦੇ ਕਰੀਬ ਕੱਲ੍ਹ ਗ੍ਰਿਫਤਾਰੀਆਂ ਕੀਤੀਆਂ ਨੇ ਚਾਵਲਾ ਸਾਹਿਬ ਤੇ, ਮੇਰੇ ਖਿਆਲ 'ਚ 160 ਦੇ ਕਰੀਬ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਨੇ, ਤੇ ਇਹਦਾ ਤਕਰੀਬਨ 14 ਦੇ ਕਰੀਬ ਸੂਬਿਆਂ ਦੇ ਵਿੱਚ ਇਹਨਾਂ ED ਅਤੇ ਜਿਹੜਾ ਕਿ ਇੱਕ ਐਂਟੀ ਟੈਰਰਿਸਟ ਫਰੰਟ ਹੁੰਦਾ, ਇੱਕ ED ਹੁੰਦੀ ਆ, ਇਹਨਾਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹਨਾਂ ਦੇ ਉੱਪਰ ਇਲਜ਼ਾਮ ਇਹ ਆ ਜਿਹੜਾ ਕਿ ਪਬਲਿਕ ਫਰੰਟ ਹੈਗਾ ਕਿ ਇਹ ਬਾਹਰੋਂ ਪੈਸੇ ਲਿਆ ਕੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਵਿੱਚ ਟੈਰਰਿਜ਼ਮ ਫੈਲਾ ਰਹੇ ਆ, ਭਾਰਤ ਵਿਰੋਧੀ ਗਤੀਵਿਧੀਆਂ ਕਰ ਰਹੇ ਆ। ਇਹ ਪਬਲਿਕ ਫਰੰਟ ਵਾਲੇ ਕਹਿੰਦੇ ਆ ਇਹ ਸ਼ਰੇਆਮ ਭਾਜਪਾ ਕਿਸੇ ਇੱਕ ਸੰਸਥਾਗਤ ਤਰੀਕੇ ਨੂੰ ਖਤਮ ਕਰਨਾ ਚਾਹੁੰਦੀ ਆ। ਉਹ ਇੱਕ ਸੰਸਥਾ ਹੈਗੀ ਆ, ਉਸ ਨੂੰ ਸਮੁੱਚੇ ਰੂਪ ਤੇ ਇਹਨੂੰ ਧਾਰ ਲਿਆ ਹੈ ਕਿ ਇਹਨੂੰ ਖਤਮ ਕਰਨਾ। ਭਾਜਪਾ ਨਹੀਂ ਚਾਹੁੰਦੀ ਕਿ ਉਹਨਾਂ ਦੇ ਵਿਚਾਰਾਂ ਦੇ ਵਿਰੁੱਧ ਕੋਈ ਬੰਦਾ ਬੋਲੇ, ਉਹਨਾਂ ਦੇ ਨੀਤੀਆਂ ਨੂੰ ਭੰਡੇ। ਅਸੀਂ ਭਾਜਪਾ ਦੇ ਨੀਤੀਆਂ ਭੰਡਦੇ ਹਾਂ, ਹਮੇਸ਼ਾ ਭੰਡਦੇ ਹਾਂ, ਸਾਡੇ ਨਾਲ ਏਦਾਂ ਜੋ ਕੀਤਾ ਜਾ ਰਿਹਾ, ਸਾਡੇ ਮੇਰੇ ਨਾਲ ਕੀਤਾ ਜਾ ਰਿਹਾ ਕਿ ਪਹਿਲਾਂ ਕਿਸੇ ਹੋਰ ਨਾਲ ਕੀਤਾ ਸੀ, ਕੱਲ੍ਹ ਨੂੰ ਕਿਸੇ ਹੋਰ ਨਾਲ ਕੀਤਾ ਜਾਵੇਗਾ। ਭਾਰਤ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਕਰਕੇ ਜਿਹੜਾ ਇਹ ਲੋਕਾਂ ਨੂੰ ਸੋਚਣਾ ਚਾਹੀਦਾ, ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਲੋਕਾਂ ਨੂੰ ਇਸ ਮੁੱਦੇ ਤੇ। ਪਰ ਉਹ ਇਹ ਲੱਗਿਆ ਪਤਾ ਇਹ ਆ ਕਿ ਤਾਂ ਗ੍ਰਿਫਤਾਰੀਆਂ ਤਾਂ ਚਲੋ ਹੋਈਆਂ ਹੋਈਆਂ ਨੇ, ਕੁਝ ਨੇਤਾ ਹੈਗੇ ਨੇ ਜਿਹੜਾ ਇਹ ਪਬਲਿਕ ਫਰੰਟ ਦੇ, ਉਹਨਾਂ ਦੇ ਉੱਪਰ ਵੀ ਹੁਣ ਛਾਪੇਮਾਰੀ ਕਰਕੇ ਗ੍ਰਿਫਤਾਰੀਆਂ ਉਹਨਾਂ ਦੇ ਵੀ ਹੋਣਗੀਆਂ। ਤੇ ਇਸ ਪਬਲਿਕ ਫਰੰਟ ਨੂੰ
बैन करने की कार्रवाई शुरू हो चुकी है भी इसमें पंजाब भारत विचों बैन ही किया जाए इन खत्म ही कर दो एक संस्था का कतल किया जा रहा संस्था कहोजी आई हम संस्था को देखो की है वो कोई लड़ता कुछ की लड़ता वो तो फिर भाजपा का ज्यादा टैरिस्ट जथेबंदी हैगी है वह पूरे मुल्क के एक तरह का हिंदू मुसलमान का खतरनाक खेड खेड रही है वह देश तो ही कार्रवाई कर रही है भाजपा का वैसे ही बहुत खतरनाक जथेबंदी बन गई फिर तो वह पहला बैन होनी चाहिए भारत में चुप पर कोई बोल नहीं रहा अजे चुप है आप माड़े मोटे बोल लें चलो साढ़े का फर्ज ही बनता कि अभी सच के वल जाइए जी। अच्छा सुप्रीम कोर्ट तो पता लगा कि सुप्रीम कोर्ट ने महाराष्ट्र विवाद बारे चोन कमिशन को कहा कि वह चोन निशान बारे फैसला सुना सकता है पहला रोक लगाई सी कहना चाहो ना पहला रोक लगाई चलो सर पहला रोक लगाई सी कि तुसी नहीं इस बारे गल नहीं करनी बस संविधानक बेंच को भेज रहे हैं मामला पर संविधानक बेंच ने भी कल ठाकरे जिहड़ा कि उद्धव ठाकरे धड़े नूं एक तरह का बहुत बड़ा टक्कर मारी है शिंदे धड़े नूं राह दित्ती है। अच्छा चल यह रहा कि भारत विच ना चल यह रहा कि जो कुछ भाजपा के संगठन चाहते आ वह कुछ न्यायपालिका विच वह कुछ पास हो जाता है ज्यादातर घटनावां लोगों के इतराज ने लोग शरेआम आखी जाते हैं और साढ़े धामी साहब का शरेआम कही जाते हैं कहते जी आर एस एस का जज सगा जी वो सुप्रीम कोर्ट के जो सुनाई है जी वो आर एस एस ने साडे खिलाफ श्रोमणी कमेटी खिलाफ काम किया है जजा के खिलाफ जो इदा दलां निकल लग जा भारतीय सुप्रीम कोर्ट बहुत वही चीज हैगी एकनाथ शिंदे भाजपा का बंदा है उद्धव ठाकरे भाजपा के ग्रुप है हम जोड़ा उद्धव ठाकरे है वह बाल ठाकरे संस्था हैगी उद्धव ठाकरे का मुखी है एक संस्था वालों बनाए गए ने एम एल एम एल ए की पार्टी का कोई संबंध नहीं है पार्टी एक बखरा सैगमेंट है एम एल ए सरकार एम एल ए बना एक बखरा सैगमेंट है एम एल ए बढ़ गए एकनाथ शिंदे के एम एल ए ना से पार्टी भी बंद हो रही है चोन स्थान की बंद हो रही है एक बहुत खतरनाक मामला है देखो चावला साहब एक पार्टी है अजकल श्रोमणी अकाली दल श्रोमणी अकाली दल ने एम एल ए बनाते पर श्रोमणी अकाली दल का इतने की एम एल ए भज गए दल तो है ना जी पर दल तो है नाश कर सकते बड़ी वही खेड खेली जा रही है जी। अच्छा सुप्रीम कोर्ट ने महाराष्ट्र विवाद बारे चोन कमिशन नूं कहा है कि वह चोन निशान बारे फैसला तो सुना सकती है पहला जिहड़ी रोक लाई सी तुसीं दस दिता कि एक बड़ा वड्डा मसला है पर राजनीति दे विच जेकर आपां अगे वधीए तां राजस्थान भी काफ़ी सही नहीं सब कुछ कांग्रेस उत्थे अनुशासनी कमेटी के प्रधान ने पता लगा ए के एटोनी मैडम सोनिया ने उन्होंने बुलाया राजस्थान का सियासी संकट भी गरमाया होया हाँ उसे काफी असर ना अशोक गहलोत का ग्रुप काफी है अशोक गहलोत के ग्रुप को भी बुलाया जा रहा है बार बार सचिन पायलट को मुख्यमंत्री बनाना चाहते हैं सोनिया गांधी से अशोक गहलोत कांग्रेस का प्रधान बनाने बारे गल कर रहे हैं अशोक गहलोत की कांग्रेस प्रधान बनने वाले गल की पै गई है तो मेरे ख्याल से प्रधान ना बन सकन हूँ बंदे होर चेहरे नवे आ गए हैं प्रधानी वाले पास सो यह संकट चल रहा है यह अनुशासनी कमेटी का प्रधान हैगा ए के एटोनी जिहड़ा कि शासन सिस्टम देखदा सारे भारत का अनुशासन की भंग किया वैसे तो जिहड़ी रिपोर्ट गई है उत्थे अशोक गहलोत के बारे में उस पूरे सिस्टम के बारे में सोनिया गांधी को स्पष्ट होया कि अशोक गहलोत का कोई कसूर नहीं है उहदे एम एल ए जदों प्रधान बनने वास्ते गया उहदे एम एल ए ने की है गल जो की अशोक गहलोत का भी कसूर है उन्होंने रिपोर्ट कहता हूँ अनुशासनी कमेटी के प्रधान जिहड़े हैगे आ उह उन्होंने बुलाया रात मीटिंग हुई है सोनिया गांधी नाल ते ओ किदा जिहड़े हैगे आ अपना पक्ष पेश करदे आ ते इन्हां एम एल ए दे खिलाफ अनुशासनी कार्रवाई करदे आ छाबे विच तां पहले रुकियां घट ने जे छाबे च रुकियां कट कट के बाहर सुट्टन लग पए कुत्तिआं नूं गिरन लग पए तां फिर छाबा तां खाली हो जावे ना चलो सब ये देखना होगा कांग्रेस सरकार ने भी किवें किवें काम करना चाहिए सानूं कांग्रेस पार्टी नूं खास कर समां सारे को थोड़ा जिहा सीमित है पर आ एक दो क्वेश्चन होर ने नोटबंदी हुई सी बड़ी चर्चा हुई नोटबंदी की 2016 तो बाद 1849 करोड़ करंसी 500 ते 2000 दे जिहड़े रंग बिरंगे नोट छापे गए सन पर इन्हां विच्चों खबर आ रही है कि 1680 करोड़ तो बाद नोट करंसी गायब किथे गई 9 लाख करोड़ रुपये का मामला चला साहब ये मूल की गल नहीं है जी 9 लाख करोड़ रुपये का मामला है ते ये 1680 करोड़ रुपये वैसे पहला भी ये दावा करते भी साढ़े को ब्लैक मनी 2016 में दावा किया गया ब्लैक मनी तो सारी आ जानी है ब्लैक मनी तो आई नहीं कोई
ਮਾੜੀ ਮੋਟੀ ਕੋਈ 1.80 ਲੱਖ ਕਰੋੜ ਰੁਪਇਆ ਆਈ ਸੀਗੀ ਬਲੈਕਮੇਲ ਦਾ ਗੱਲ ਸੁਣ, ਪਰ ਨੋਟ ਫੇਰ ਰਹਿ ਗਏ ਜੀ ਬਾਹਰ ਨੋਟਾਂ ਦਾ, ਫਿਰ ਉਹ ਬਲੈਕਮੇਲ ਦਾ ਕੋਈ ਜ਼ਿਆਦਾ ਕੰਮ ਨਹੀਂ ਹੋਇਆ ਸੀ, ਪਰ ਹੋਇਆ ਹਾਲਾਤ ਇਹ ਬਣ ਗਏ ਕਿ ਹੁਣ ਜਿਹੜੇ ਨਵੇਂ ਨੋਟ ਛਾਪੇ ਗਏ ਸੀਗੇ 2016 ਤੋਂ ਬਾਅਦ 6849 ਕਰੋੜ ਕਰੰਸੀ 500 ਤੇ 2000 ਕਰੋੜ ਦੇ ਨੋਟ ਛਾਪੇ ਗਏ ਸੀਗੇ, ਇਹਨਾਂ ਦੇ ਵਿੱਚੋਂ 1680 ਕਰੋੜ ਦੀ ਕਰੰਸੀ ਨੋਟ ਜਿਹੜੇ ਹੈਗੇ ਆ ਉਹ ਗਾਇਬ ਨੇ, ਮਾਰਕੀਟ ਚੋਂ ਗਾਇਬ ਹੋ ਚੁੱਕੇ ਨੇ। ਕਿੱਥੇ ਗਏ ਨੇ? ਬਲੈਕ ਮਨੀ ਚ ਚਲੇ ਗਏ, ਤਾਂ ਮਤਲਬ ਉਹ ਖਾੜਕੂਜ਼ਮ ਲੈ ਗਿਆ ਜਾਂ ਅੱਤਵਾਦੀ ਲੈ ਗਏ, ਉਹਨੂੰ ਕੌਣ ਲੈ ਗਿਆ, ਉਹਨਾਂ ਉਹ ਕੌਣ ਲੈ ਗਿਆ ਨੋਟ? ਇਹ ਮੋਦੀ ਸਰਕਾਰ ਦਮਕ ਜੇ ਮਾਰਦੀ ਆ ਕਿ ਅਸੀਂ ਜਿਹੜਾ ਨੋਟਬੰਦੀ ਕਰਕੇ ਤਾਂ ਬੜਾ ਵਧੀਆ ਕੰਮ ਕੀਤਾ ਸੀ, ਆਹ ਜਿਹੜੇ ਆਹ ਨੋਟ ਕਿੱਥੇ ਚਲੇ ਗਏ? ਫਿਰ ਇਹ ਹੁਣ ਵੱਡੀ ਇਹ ਆਰ ਬੀ ਆਈ ਦੀ ਰਿਪੋਰਟ ਆ ਸਾਹਿਬ, ਇਹ ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ ਛਾਪੀ ਹੈ ਭਾਸਕਰ ਨੇ, ਤੇ ਇਹ ਇਹ ਰਿਪੋਰਟ ਬੜੀ ਵੱਡੀ ਰਿਪੋਰਟ ਹੈਗੀ ਹੈ ਤੇ ਸਵਾਲ ਕੀਤੇ ਗਏ ਕਿ ਅਕਸਰ ਅਕਸਰ ਗਿਆ ਕਿੱਥੇ ਗਿਆ, ਕਿੱਥੇ ਗਿਆ ਇੰਨਾ ਵੱਡਾ ਖਜ਼ਾਨਾ? 30-30 ਸੈਕਿੰਡ ਦਾ ਕੁਐਸਚਨ ਹੁੰਦਾ ਜੀ, ਬਹੁਤ ਸਾਰੇ ਕਾਲਰ ਫੋਨ ਕਰਕੇ ਕਹਿੰਦੇ ਹੁੰਦੇ ਕਿ 30 ਸੈਕਿੰਡ ਹੀ ਦਿਆ ਕਰੋ ਤੇ ਸਵਾਲ ਕਰਿਆ ਕਰੋ ਜੀ, ਆਪਣੇ ਵਿਚਾਰ ਜਦੋਂ ਕਵਾਂਗੇ ਉਦੋਂ ਵਿਚਾਰ ਬਾਅਦ ਦੇ ਵਿੱਚ। ਮੇਰੇ ਕਾਲਰ ਨੇ ਵੈਲਕਮ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਿਲਵਾਗ ਜੀ ਤੇ ਅਤੀਜਾ ਜੀ ਨੂੰ ਮੈਂ ਸੁਣਵਾ ਦੇਖਣਾ, ਜਿਹੜਾ ਤੁਸੀਂ ਇਹ ਸੁਣਾਇਆ ਨਾ ਲੇਖ, ਮੈਂ ਬਹੁਤ ਖੁਸ਼ ਹੋਈ ਹਾਂ, ਬਹੁਤ ਕੁਝ ਪਤਾ ਲੱਗਿਆ, ਸ਼ਾਬਾਸ਼ ਹੈ ਤੁਹਾਡੇ। ਤੇ ਸਾਡੇ ਪਿੰਡ ਵੀ ਪਾਕਿਸਤਾਨ ਦੇ ਕਜ਼ਨ ਤੇ ਬਾਬੇ ਦੇ ਕਜ਼ਨ ਹੈਗੇ ਸੀ, ਉਹਨਾਂ ਨੇ ਕੰਜਰੀ ਨੇ ਚਾਹੀ ਤੇ ਮੈਂ ਬਹੁਤ ਛੋਟੀ ਸੀ, ਬੜਾ ਰੋਲਾ ਪਿਆ ਕਿ ਬਾਹਰੇ ਨਹੀਂ ਜਾਂਦੇ ਸੀ, ਬਾਹਰ ਖੇਤਾਂ ਸੀ, ਘਰਾਂ ਤੋਂ ਆਉਂਦੇ ਨਹੀਂ ਸੀ, ਇਹ ਕੰਜਰੀਆਂ ਦਾ ਤੇ ਇਹਨਾਂ ਨੇ ਆਪੇ ਕੀਤਾ ਹੈਗਾ ਸੀਗਾ ਜੀ। ਸੋ ਇਹ ਬੜੀ ਤੁਸੀਂ ਨੌਲੇਜਬਲ ਦਿੱਤਾ ਹੈਗਾ ਕਿ ਉਹ ਜਿਹੜੀ ਨਾਰਕਸ ਦੀ ਮਾਂ ਸੀ ਕਿੱਦਾਂ ਸੀ, ਮੈਂ ਵੀ ਕਈ ਵਾਰ ਦੇਖਦੀ ਰਹਿਣੀ, ਬਹੁਤ ਸ਼ਾਬਾਸ਼ ਤੁਹਾਡੀ, ਮਿਹਰਬਾਨੀ, ਥੈਂਕ ਯੂ ਜੀ। ਅਗਲੀ ਕਾਲ ਪਲੀਜ਼। ਹੈਲੋ, ਚਾਬੀ ਦੇ ਕੇ ਛੱਡਿਆ ਜਾਵਦਾ ਇਹਨੂੰ, ਦੇਖੋ ਟਾਕ ਸ਼ੋ ਚੱਲਦਾ ਪਿਆ, ਇਹਨੂੰ ਕੀ ਕਹੀਏ ਹੁਣ ਤੁਹਾਨੂੰ, ਆ ਖਾਲੀ ਆ 9585813132। ਅੱਛਾ, ਜਿਹੜਾ 100 ਕਰੋੜ ਦਾ ਆਫਰ ਹੈ ਚਰਚਾ ਦੇ ਵਿੱਚ ਹੈ, ਉਹ ਕਹਿੰਦਾ 25 ਪੈਸੇ ਨਾ ਦਈਏ, ਇੱਕ ਦਾ ਬਿਆਨ ਆਇਆ 25 ਰੁਪਈਏ ਖਰੇ। ਵਿਧਾਇਕ ਹਰਮੀਤ ਪਠਾਨ ਮਾਜਰਾ ਦਾ ਬਿਆਨ ਹੈ ਕਿ ਭਾਜਪਾ ਦੇ ਏਜੰਟ ਨੇ ਕੀਤਾ ਫੋਨ, 100 ਕਰੋੜ ਦਾ ਆਫਰ, ਇਹ ਇਕੱਲੇ ਨੂੰ 100 ਕਰੋੜ ਦਾ ਜਾਂ ਫਿਰ ਚਾਰ ਜਾਣਿਆਂ ਨੂੰ ਜਾਂ ਫਿਰ ਪੈਸੇ ਲੈ ਲੋ। ਦੇਖੋ ਮੈਂ ਅਚਿੰਦਰਪਾਲ ਦਾ ਨਾਮ ਵੈਸੇ ਪੈਣ ਘੱਟ ਆਪਣੇ ਕੋਲ, ਅਚਿੰਦਰਪਾਲ ਨੂੰ ਇਸ ਗੱਲ ਤੇ ਬੜਾ ਮੈਂ ਦਿਆ ਕਰਦਾ, ਉਹਨੂੰ ਆਪਣਾ ਵਾਅਦਾ ਉਹ ਕਰਿਆ ਕਰਦਾ, ਉਹਨੂੰ ਇੱਜ਼ਤ ਕਰਿਆ ਕਰਦਾ। ਉਸ ਬੰਦੇ ਨੂੰ ਏਜੰਸੀ ਨੇ ਖਰੀਦਣ ਦੀ ਕੋਸ਼ਿਸ਼ ਕੀਤੀ, ਖੁਫੀਆ ਏਜੰਸੀ ਨੂੰ ਉਤਲੇ ਰਾਹ ਤੱਕ ਨੇ ਉਸ ਬੰਦੇ ਨੇ, ਉਹ ਕਹਿੰਦਾ ਕਿੰਨੇ ਪੈਸੇ ਦਵਾਂਗੇ, ਬਿਲਕੁਲ ਗੱਲ ਤਾਂ ਕਹਾਣੀ ਬਹੁਤ ਲੰਬੀ ਹੈਗੀ ਆ। ਉਹ ਕਹਿੰਦੇ ਵੀ ਤੈਨੂੰ ਅਸੀਂ ਦਿੰਦੇ ਹਾਂ 2 ਕਰੋੜ ਰੁਪਇਆ, ਕਹਿੰਦਾ ਵੀ ਅੱਛਾ ਹੋਰ, ਕਹਿੰਦਾ ਵੀ ਚੱਲ 2 ਕਰੋੜ ਵਾਈਟ ਮਨੀ ਚ, ਹੋਰ ਕਹਿੰਦਾ ਇੱਕ ਕੋਠੀ ਤਿੰਨ ਉੱਥੇ ਪਟਿਆਲੇ ਦੇ ਵਿੱਚ ਬਹੁਤ ਸ਼ਾਨਦਾਰ ਕੋਠੀ, ਤੁਹਾਨੂੰ ਵੱਡੀ ਕੋਠੀ 20-25 ਵਿਘੇ ਚ ਬਣੀ ਹੋਈ, ਕਹਿੰਦਾ ਹੋਰ, ਕਹਿੰਦਾ ਇੱਕ ਹੋਰ ਕੋਠੀ, ਕਹਿੰਦਾ ਠੀਕ ਆ ਨਾ ਕਰਦੇ ਕੋਠੀ ਤੁਸੀਂ। ਤੇ ਉਹ ਕੋਠੀਆਂ ਨਾ ਹੋ ਗਈਆਂ, 2 ਕਰੋੜ ਰੁਪਇਆ ਮਾਂ ਦੇ ਖਾਤੇ ਚ ਆ ਗਿਆ ਵਾਈਟ ਬਣ ਕੇ। ਤੇ ਉਹ ਫਿਰ ਦੂਜੇ ਜਦ ਸਾਰਾ ਕੰਮ ਹੋ ਗਿਆ, ਦੂਜੇ ਨੂੰ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਮਰਿੰਦਰਪਾਲ ਨੇ, ਦੇਖੋ ਜੀ ਸਾਨੂੰ ਏਦਾਂ ਖਰੀਦਦੇ ਆ ਇਹ ਏਜੰਸੀਆਂ ਵਾਲੇ, ਇੱਕ ਬਿਆਨ ਦਵਾਉਣ ਵਾਸਤੇ। ਉਹ ਬਿਆਨ ਬੜੇ ਵੱਡੇ ਲੀਡਰ ਨੇ ਦਿੱਤਾ ਸੀਗਾ ਪੰਜਾਬ ਦੇ, ਜਿਹੜਾ ਬਿਆਨ ਦੇਣ ਵਾਸਤੇ ਉਹਨੂੰ ਪੈਸੇ ਦਿੱਤੇ ਗਏ ਸੀਗੇ, ਉਹ ਕਿਸੇ ਬਹੁਤ ਵੱਡੇ ਲੀਡਰ ਨੇ ਦਿੱਤਾ ਸੀ ਬਿਆਨ, ਤੇ ਖਤਰਨਾਕ ਗੱਲ ਵਾਪਰੀ ਸੀ ਫਿਰ ਉਹ। ਤੇ ਏਦਾਂ ਕਿਉਂ ਆਮ ਆਦਮੀ ਪਾਰਟੀ ਦੇ ਪੈਸੇ ਲੈ ਰਹੇ ਨੇ? ਚੱਲ ਸਾਹਿਬ ਪੈਸੇ ਲੈ ਕੇ ਕਰਨ ਪ੍ਰੈਸ ਕਾਨਫਰੰਸ, ਜੀ ਪੈਸੇ ਆ ਸਾਡੇ ਕੋਲ 25 ਕਰੋੜ ਰੁਪਇਆ ਆ ਗਿਆ ਜੀ, ਆ ਦਿੱਤੇ ਨੇ ਇਹਨਾਂ ਨੇ ਭਾਜਪਾ ਵਾਲੇ ਨੇ, 100 ਕਰੋੜ ਆ ਗਿਆ ਜੀ। ਹੁਣ ਜੇਕਰ ਹਰਮੀਤ ਪਠਾਨ ਮਾਜਰਾ ਝੂਠਾ ਨਿਕਲਿਆ ਚਾਵਲਾ ਸਾਹਿਬ, ਇਹਦੇ ਖਿਲਾਫ਼ ਕੇਸ ਦਰਜ ਹੋਏਗਾ, ਤੇ ਇਹ ਵੱਧ ਨੀ ਸਕਦਾ। ਪਹਿਲਾਂ ਹੀ ਇਹਦੇ ਖਿਲਾਫ਼ ਇਹਦੀ ਘਰ ਵਾਲੀ ਫਿਰਦੀ ਆ, ਮੇਰੇ ਖਿਆਲ ਚ ਘਰ ਵਾਲੀ ਤੋਂ ਬਚਾਉਣ ਲਈ ਆਪਣੇ ਆਪ ਨੂੰ MLC ਬਚਾਉਣ ਲਈ ਜਾਂ ਕੇਜਰੀਵਾਲ ਸਾਹਿਬ ਨੇ, ਕਿਹੜੇ ਤੌਰ ਤੇ ਕਹਿਣਾ ਗੱਲ ਮੈਂ ਆਪ ਨੀ ਕਹਿ ਰਿਹਾ, ਮੈਨੂੰ ਨਹੀਂ ਪਤਾ, ਜਿੱਦਾਂ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਹਿੰਦਾ ਵੀ ਦੇ ਭਾਜੀ ਬਿਆਨ ਕਰ ਤੂੰ ਭਾਜਪਾ ਵਾਲੇ ਪਾਸੇ, ਜਾਂ ਫਿਰ ਸੱਚੀ ਮੁੱਚੀ ਨੂੰ ਆਇਆ। ਜੇਕਰ ਝੂਠਾ ਨਿਕਲਿਆ ਜਿਹਨੂੰ ਅਸ਼ਵਨੀ ਸ਼ਰਮਾ ਕਹਿੰਦੇ ਆ, ਤਾਂ ਫਿਰ ਚਾਵਲਾ ਸਾਹਿਬ ਇਸ ਬੰਦੇ ਨੇ ਨੂੰ ਜੇਲ੍ਹ ਜਾਣ ਤੋਂ ਕੋਈ ਰੋਕ ਨਹੀਂ ਸਕਦਾ, ਕਿ ਬੜਾ ਵੱਡਾ ਖਤਰਾ ਵੱਡਾ ਹੈ ਕਿਸੇ ਪਾਰਟੀ ਦੇ ਉੱਪਰ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਗੀਤਾ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।